ਤਰੰਦਾਰਨ ਵਿਖੇ ਪੰਜਾਬ ਪੁਲਿਸ ਦੇ ਸਾਂਝੇ ਕੇਂਦਰ ਤੇ ਰਾਕਟ ਲਾਂਚਰ ਨਾਲ ਹਮਲਾ ਕੀਤਾ ਗਿਆ ਅੱਜ ਅਸੀਂ ਗੱਲ ਕਰਾਂਗੇ ਇਸੇ ਮੁੱਦੇ ਤੇ ਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ ਸੋ ਅੱਜ ਵੀ ਚਰਚਾ ਲਈ ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਜੀ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਕੀ ਹਾਲ ਹੈ ਤੁਹਾਡਾ ਮੈਂ ਠੀਕ ਸਰ ਅੱਜ ਦਾ ਖਬਰਾਂ ਵਿੱਚੋਂ ਖਬਰ ਕੀ ਹੈ ਦੱਸਿਆ ਸਰ ਜੀ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਦੇ ਵਿੱਚ ਸ਼ੋਰ ਜ਼ਮੀਨੀ ਹਕੀਕਤ ਹੋਰ ਹੈ ਸਰਕਾਰਾਂ ਕਹਿੰਦੀਆਂ ਹੋਰ ਥਾਂ ਥਾਂ ਗੋਲੀਆਂ ਚੱਲਦੀਆਂ ਹੁੰਦੇ ਥਾਣਿਆਂ ਵਿੱਚ ਧਮਾਕੇ ਸਵਾਲ ਤਾਂ ਵੱਡਾ ਇਹ ਹੈ ਸੁਰੱਖਿਅਤ ਕਿਹੜੇ ਇਲਾਕੇ ਸੁਰੱਖਿਅਤ ਕਿਹੜੇ ਇਲਾਕੇ ਬਿਲਕੁਲ ਠੀਕ ਗੱਲ ਹੈ ਜਦੋਂ ਥਾਣੇ ਸੁਰੱਖਿਅਤ ਨਹੀਂ ਰਹੇ ਪੁਲਿਸ ਚੌਕੀਆਂ ਸੁਰੱਖਿਅਤ ਨਹੀਂ ਰਹੀਆਂ ਪੁਲਿਸ ਦੇ ਇੰਟੈਲੀਜੈਂਸ ਦਫ਼ਤਰ ਦੇ ਉੱਤੇ ਹਮਲਾ ਹੋ ਜਾਂਦਾ ਤਾਂ ਕਿਹੜੀ ਥਾਂ ਸੁਰੱਖਿਅਤ ਹੈ ਕਿਹੜੀ ਜਗ੍ਹਾ ਜਿਹੜੀ ਸੁਰੱਖਿਅਤ ਹੋਊਗੀ ਜਦੋਂ ਅਸੀਂ ਦੇਖਦੇ ਹਾਂ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਅਸਲਾ ਜਮ੍ਹਾਂ ਕੀਤਾ ਜਾਂਦਾ ਹੈ ਅਸਲਾ ਥਾਣੇ 'ਚ ਜਮ੍ਹਾਂ ਕੀਤਾ ਜਾਂਦਾ ਹੈ ਚੌਕੀਆਂ 'ਚ ਜਮ੍ਹਾਂ ਕੀਤਾ ਜਾਂਦਾ ਹੈ ਵੀ ਇਹ ਸੇਫ ਜਗ੍ਹਾ ਇੱਥੋਂ ਕੋਈ ਲਜਾ ਨਹੀਂ ਪਾਊਗਾ ਤੇ ਇਹਨਾਂ ਦੀ ਵਰਤੋਂ ਦਰਵਤੋਂ ਨਹੀਂ ਹੋਊਗੀ ਹੁਣ ਉਹਨਾਂ ਥਾਣਿਆਂ ਚੌਕੀਆਂ ਤੇ ਹਮਲੇ ਹੋਣ ਲੱਗ ਪਏ ਇਹ ਕਦੇ ਬਿਹਾਰ ਜਾਂ ਯੂਪੀ ਦੇ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਉੱਥੇ ਕਿਉਂਕਿ ਕ੍ਰਾਈਮ ਰੇਟ ਵੱਧ ਸੀ ਤੇ ਉੱਥੇ ਵੇਖਣ ਨੂੰ ਮਿਲਦਾ ਸੀ ਕਿ ਕਿਸੇ ਗੈਂਗ ਨੇ ਥਾਣੇ ਤੇ ਹਮਲਾ ਕਰਤਾ ਚੌਕੀ ਤੇ ਹਮਲਾ ਕਰਤਾ ਜਾਂ ਉਹ ਇਲਾਕਾ ਜਿੱਥੇ ਬਾਗੀ ਜ਼ਿਆਦਾ ਹੁੰਦੇ ਸੀ ਜਿੱਥੇ ਡਕੈਤ ਜ਼ਿਆਦਾ ਹੁੰਦੇ ਸੀ ਉੱਥੇ ਥਾਣਿਆਂ ਚੌਕੀਆਂ ਤੇ ਹਮਲੇ ਹੁੰਦੇ ਸੀ ਤੇ ਪੰਜਾਬ ਦੇ ਵਿੱਚ ਜੇ 30 ਸਾਲ ਪਿੱਛੇ ਜਾਈਏ ਤੇ ਉਦੋਂ ਇਹ ਹਾਲਤ ਸੀ ਪੰਜਾਬ ਦੇ ਵਿੱਚ ਹੋਇਆ ਸੀ ਅਤਵਾਦ ਦਾ ਦੌਰ ਸੀ ਪੰਜਾਬ ਦੇ ਵਿੱਚ ਮਾੜਾ ਦੌਰ ਸੀ ਉਦੋਂ ਕਈ ਸ਼ਰਾਰਤੀ ਲੋਕ ਸੀਗੇ ਕਈ ਅਨਸਰ ਇਹੋ ਜੇ ਸੀਗੇ ਜਿਹੜੇ ਸਰਕਾਰ ਨੂੰ ਵੀ ਤੋੜਦੇ ਸੀਗੇ ਤੇ ਧਾਰਮਿਕ ਲੋਕਾਂ ਨੂੰ ਵੀ ਤੋੜਦੇ ਸੀ ਜਿਹੜੇ ਲੋਕ ਇੱਕ ਆਪਦੀ ਲੀ ਬਣਾ ਕੇ ਚੱਲ ਰਹੇ ਸੀ ਉਹਨਾਂ ਦਾ ਵੀ ਵਿਰੂਪ ਧਾਰਦੇ ਸੀ ਤੇ ਸਰਕਾਰ ਦਾ ਵੀ ਵਿਰੂਪ ਧਾਰਦੇ ਸੀ ਚੋਰਾਂ ਦਾ ਵੀ ਵਿਰੂਪ ਧਾਰਦੇ ਸੀ ਤੇ ਇਹੋ ਜਿਹੇ ਲੋਕ ਜਦੋਂ ਮਾਹੌਲ ਖਰਾਬ ਹੁੰਦਾ ਸਭ ਤੋਂ ਵੱਧ ਫਾਇਦਾ ਇਹੋ ਜਿਹੇ ਲੋਕ ਖਟਦੇ ਆ ਜਿਹੜੇ ਸਾਰੇ ਪਾਸੇ ਜਾਂਦੇ ਆ ਤੇ ਸਾਰੇ ਪਾਸਿਓ ਆਪਦਾ ਫਾਇਦਾ ਕਟਣਾ ਚਾਹਦੇ ਆ ਉਹ ਹਾਲ ਹੋਇਆ ਪਿਆ ਪੰਜਾਬ ਚ ਸਰ ਇਹ ਜਿਹੜਾ ਪੁਲਿਸ ਸਟੇਸ਼ਨ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਇਹੋ ਜਿਹੀ ਖਬਰਾਂ ਸੁਣਨ ਨੂੰ ਆਈਆਂ ਸੀ ਮੈਂ ਪੁੱਛਣਾ ਚਾਹੁੰਦੀ ਆ ਕਿ ਪੋਸੀਬਲ ਕਿੱਦਾਂ ਹੁੰਦਾ ਕਿਉਂਕਿ ਜਿਹੜੇ ਸੇਫਸਟ ਠਿਕਾਣੇ ਜਿਹੜੇ ਸੁਰੱਖਿਅਤ ਠਿਕਾਣੇ ਮੰਨੇ ਜਾਂਦੇ ਆ ਸੇਫਸਟ ਪਲੇਸ ਹੈਡਕੁਆਟਰ ਜਿਹੜਾ ਸੀਗਾ ਇੰਟੈਲੀਜੈਂਸ ਦਾ ਮੋਹੱਲੀ ਦਾ ਤੇ ਹੁਣ ਪੁਲਿਸ ਸਟੇਸ਼ਨ ਇਹ ਪੋਸੀਬਲ ਕਿਵੇਂ ਹੁੰਦਾ ਇਹਨਾਂ ਤੇ ਅਟੈਕ ਕਰਨਾ ਪੋਸੀਬਲ ਉਵੇਂ ਹੁੰਦਾ ਜਿਵੇਂ ਕਿਸੇ ਦੁਕਾਨਦਾਰ ਦੇ ਕਿਸੇ ਵਪਾਰੀ ਦੇ ਘਰ ਤੇ ਗੋਲੀਆਂ ਚਲਾਉਣੀਆਂ ਉਸ ਵਪਾਰੀ ਨੂੰ ਬਾਜ਼ਾਰ ਦੇ ਵਿੱਚ ਗੋਲੀਆਂ ਮਾਰ ਦੇਣੀਆਂ ਕਿਸੇ ਦੀ ਹੱਤਿਆ ਕਰ ਦੇਣੀ ਉਹਨਾਂ ਹਥਿਆਰਾਂ ਦਾ ਆਉਣਾ ਜਿਹੜੇ ਹਥਿਆਰ ਇਹੋ ਦੀਆਂ ਵਾਰਦਾਤਾਂ 'ਚ ਵਰਤੇ ਜਾਂਦੇ ਆ ਤੇ ਕਿਸੇ ਵੱਡੇ ਮਸ਼ਹੂਰ ਹਸਤੀ ਨੂੰ ਤੁਸੀਂ ਗੋਲੀਆਂ ਮਾਰ ਦੇਣੀਆਂ ਦਿਨ ਦਿਹਾੜੇ ਜਿਹੜੀਆਂ ਇਹ ਸਾਰੀਆਂ ਵਾਰਦਾਤਾਂ ਹੁੰਦੀਆਂ ਇਹ ਇੱਕ ਸੀਰੀਜ਼ ਐ ਸੀਰੀਜ਼ ਆਫ ਇਨਸੀਡੈਂਟਸ ਐ ਇਹਨੂੰ ਸਾਰੇ ਨੂੰ ਜੋੜ ਕੇ ਦੇਖਿਆ ਜਾਵੇ ਤਾਂ ਉਹ ਹੌਲੀ 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 ਉਹਨਾਂ ਦੇ ਹੌਸਲੇ ਵਧਦੇ ਆ ਤੇ ਨੈਟਵਰਕ ਵੱਧ ਆ ਹਮ ਗੱਲ ਸਾਰੀ ਨੈਟਵਰਕ ਤੇ ਖੜੀ ਆ ਕਿ ਇਹ ਜਿਹੜੇ ਲੋਕ ਹੈ ਅਪਰਾਧਿਕ ਮਾਨਸਿਕਤਾ ਵਾਲੇ ਲੋਕ ਹੈ ਜਿਹੜੇ ਉਹਨਾਂ ਨੂੰ ਹੌਸਲਾ ਵੱਧ ਮਿਲਦਾ ਜਦੋਂ ਉਹ ਕਿਸੇ ਵੀ ਜਗ੍ਹਾ ਤੇ ਅਟੈਕ ਕਰਦੇ ਆ ਉੱਥੇ ਅਟੈਕ ਕਰਨਾ ਉਥੋਂ ਲੋਕਾਂ ਨੂੰ ਉਜਾੜਨਾ ਮਾਰਨਾ ਲੁੱਟਾਂ ਖੋਹਾਂ ਕਰਨੀਆਂ ਫਰੋਤੀਆਂ ਲੈਣੀਆਂ ਇਹ ਸਾਰੀਆਂ ਚੀਜ਼ਾਂ ਅੱਜ ਇੱਥੋਂ ਤੱਕ ਲੈ ਆਈਆਂ ਕਿ ਪੁਲਿਸ ਥਾਣੇ ਤੇ ਕੋਈ ਨੋਟਿਸ ਚਿਪਕਾ ਕੇ ਚਲਾ ਜਾਂਦਾ ਹੈ ਥਾਣੇ ਤੇ ਅਟੈਕ ਕਰਕੇ ਨੋਟਿਸ ਚਿਪਕਾਇਆ ਜਾਂਦਾ ਤਾਂ ਇਹ ਫਿਕਰਮੰਦ ਤਾਂ ਹੋਣਾ ਚਾਹੀਦਾ ਪੂਰੇ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਵੀ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੱਲ ਦੇਸ਼ ਦੇ ਹੋਮ ਮਿਨਿਸਟਰ ਨੂੰ ਮਿਲਣ ਗਏ ਹੋਏ ਸੀ ਹੂੰ ਉੱਥੇ ਉਹ ਜਾ ਕੇ ਕਹਿ ਰਹੇ ਸੀ ਜੀ ਸਾਡੇ ਸਰਹੱਦੀ ਇਲਾਕੇ ਤੇ ਜਿਹੜਾ ਡਰੋਨਾਂ ਫੜੀਆਂ ਜਾ ਰਹੀਆਂ ਹੈਗੀਆਂ ਡਰੋਨਸ ਤੇ ਰਾਹੀਂ ਨਸ਼ਾ ਆ ਰਿਹਾ ਜਾਂ ਹਥਿਆਰ ਆ ਰਹੇ ਆ ਉਹਨਾਂ ਨੂੰ ਫੜਨ ਦੀਆਂ ਵਾਰਦਾਤਾਂ ਵਧ ਰਹੀਆਂ ਤੇ ਤੁਸੀਂ ਸਾਡਾ ਸਹਿਯੋਗ ਕਰੋ ਸਾਨੂੰ ਤੁਹਾਡੀ ਲੋੜ ਹੈ ਇਹ ਚੰਗੀ ਪਹਿਲ ਰਹੀ ਹੈ ਸਰਕਾਰ ਦੀ ਪੰਜਾਬ ਸਰਕਾਰ ਦੀ ਕਿ ਉੱਥੇ ਜਾ ਕੇ ਸਹਿਯੋਗ ਮੰਗਿਆ ਪਰ ਪੰਜਾਬ ਸਰਕਾਰ ਨੂੰ ਨਾਲ ਹੀ ਇਹ ਵੀ ਕਰਨਾ ਪਊਗਾ ਵੀ ਕੇਂਦਰ ਦੇ ਸਿਰਫ ਕੇਂਦਰ ਦੇ ਸਹਾਰੇ ਵੀ ਨਹੀਂ ਬੈਠਣਾ ਹੋਊਗਾ ਪੰਜਾਬ ਦੇ ਬਾਰਡਰ ਸਿਕਿਉਰ ਕਰਨੇ ਪੈਣਗੇ ਪੰਜਾਬ ਦਾ ਬਾਰਡਰ ਸਿਰਫ ਪਾਕਿਸਤਾਨ ਵਾਲਾ ਬਾਰਡਰ ਨਹੀਂ ਪੰਜਾਬ ਦਾ ਹਰਿਆਣਾ ਹਿਮਾਚਲ ਦੇ ਨਾਲ ਵੀ ਬਾਰਡਰ ਲੱਗਦਾ ਜਿਹੜਾ ਰਾਜਸਥਾਨ ਵੀ ਬਾਰਡਰ ਲੱਗਦਾ ਉਹ ਬਾਰਡਰ ਨੂੰ ਸਿਕਿਉਰ ਕਰਨਾ ਪਊਗਾ ਤਾਂ ਕਿ ਪੰਜਾਬ ਦੇ ਵਿੱਚ ਹਥਿਆਰ ਆਈ ਨਾ ਸਕਣ ਜੀ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਨਾ ਆ ਸਕਣ ਜਿਹੜੇ ਇਸ ਤਰ੍ਹਾਂ ਦੇ ਹਰਕਤਾਂ ਕਰਦੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਅਸੀਂ ਦੇਖਦੇ ਆ ਮੈਕਸਿਮਮ ਵਾਰਦਾਤਾਂ ਦੇ ਵਿੱਚ ਬਾਹਰ ਦੇ ਗੁੰਡੇ ਹਾਇਰ ਕੀਤੇ ਗਏ ਸੀ ਬਾਰਦੇ ਲੋਕੀ ਹਾਇਰ ਕੀਤੇ ਜਾਂਦੇ ਆ ਉਹ ਪੰਜਾਬ ਚ ਆ ਕੇ ਕੋਈ ਰਾਜਸਥਾਨ ਤੋਂ ਕੋਈ ਹਰਿਆਣਾ ਤੋਂ ਕੋਈ ਯੂਪੀ ਤੋਂ ਪੰਜਾਬ ਚ ਆ ਕੇ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਆ ਤੇ ਉਹ ਚਲੇ ਜਾਂਦੇ ਆ ਉਹਨਾਂ ਨੂੰ ਫਿਰ ਲੱਭਣਾ ਮੁਸ਼ਕਿਲ ਉਹਨਾਂ ਨੂੰ ਟ੍ਰੇਸ ਕਰਦੀ ਪੰਜਾਬ ਪੁਲਿਸ ਕੋ ਮਦੀ ਰਹਿੰਦੀ ਹੈ ਉਹ ਸਾਰੇ ਕਸੇ ਦਾ ਹੱਲ ਤਾਂ ਉੱਥੇ ਹੋਊਗਾ ਜਦੋਂ ਉਹਨਾਂ ਬਾਰਡਰਸ ਨੂੰ ਸੀਲ ਕਰਕੇ ਸਿਕਿਉਰ ਕੀਤਾ ਜਾਊਗਾ ਕਿ ਜੀ ਪੰਜਾਬ ਦੇ ਵਿੱਚ ਅਸੀਂ ਪੂਰੀ ਮੁਸ਼ਤਦੀ ਦੇ ਨਾਲ ਸਾਰੀ ਪੁਲਿਸ ਨੂੰ ਇਹ ਲਗਾ ਦਈਏ ਕਿ ਕੋਈ ਵੀ ਵਾਰਦਾਤ ਨਹੀਂ ਹੋਣੀ ਚਾਹੀਦੀ ਤੇ ਜਿੰਨੇ ਵੀ ਇਹੋ ਜਿਹੇ ਲੋਕ ਹੈਗੇ ਆ ਜਿਨ੍ਹਾਂ ਨੂੰ ਪਹਿਲਾਂ ਡਿਟੇਨ ਕੀਤਾ ਗਿਆ ਸੀ ਕਿਸੇ ਵੀ ਇਹੋ ਜਿਹੇ ਮਾਮਲੇ 'ਚ ਉਹਨਾਂ ਨੂੰ ਫੜ ਕੇ ਤੁਰੰਤ ਪ੍ਰਭਾਵ ਨਾਲ ਅੰਦਰ ਕੀਤਾ ਜਾਵੇ ਪੁੱਛਤਾਛ ਕੀਤੀ ਜਾਵੇ ਜਦੋਂ ਪੁੱਛਤਾਛ ਦੇ ਵਿੱਚ ਪੂਰਾ ਕਲੀਅਰ ਹੋ ਜਾਂਦਾ ਕਿ ਜੀ ਇਹ ਇਹੋ ਜੀ ਕਿਸੇ ਗਤੀਵਿਧੀ 'ਚ ਸ਼ਾਮਿਲ ਨਹੀਂ ਹੈਗੇ ਉਹਨਾਂ ਨੂੰ ਫੇਰ ਹੀ ਛੱਡਿਆ ਜਾਵੇ ਤੇ ਨਜ਼ਰ ਰੱਖੀ ਜਾਵੇ ਇਹੋ ਜਿਹਾਂ ਸਾਰਿਆਂ ਲੋਕਾਂ ਤੇ ਜਿਹੜੇ ਇਹੋ ਜਿਹਾਂ ਗਤੀਵਿਧੀਆਂ ਦੇ ਵਿੱਚ ਕਦੇ ਵੀ ਨਜਾਇਜ਼ ਅਸਲੇ ਦੇ ਮਾਮਲੇ ਦੇ ਵਿੱਚ ਕਦੇ ਅੰਦਰ ਹੋਏ ਆ ਜਾਂ ਨਸ਼ਿਆਂ ਦੇ ਮਾਮਲੇ 'ਚ ਇਹੋ ਜਿਹੇ ਸਾਰੇ ਲੋਕਾਂ ਨੂੰ ਪੂਰੀ ਨਜ਼ਰ ਦੇ ਵਿੱਚ ਰੱਖਣਾ ਚਾਹੀਦਾ ਤਾਂ ਕਿ ਕੋਈ ਵੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਨਾ ਦੇ ਪਾਏ ਸਰ ਇਸ ਹਮਲੇ ਦੇ ਪਿੱਛੇ ਕਾਫੀ ਅੰਦਾਜ਼ੇ ਲਾਏ ਜਾ ਰਹੇ ਨੇ ਮਾਸਟਰਮਾਈਂਡ ਕੌਣ ਹੋ ਸਕਦਾ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਕੀ ਪਾਕਿਸਤਾਨ ਦਾ ਇਹਦੇ ਵਿੱਚ ਹੱਥ ਹੈਗਾ ਤੇ ਕਿਹੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਸ ਹਮਲੇ ਤੋਂ ਸਿੱਧਾ-ਸਿੱਧਾ ਫਾਇਦਾ ਹੋ ਸਕਦਾ ਪਾਕਿਸਤਾਨ ਦਾ ਬੇਸ਼ੱਕ ਹੱਥ ਹੋ ਸਕਦਾ ਕਿਉਂਕਿ ਇਸ ਤੋਂ ਪਹਿਲਾਂ ਪਠਾਨਕੋਟ ਹਮਲਾ ਹੋਇਆ ਸੀ ਅਤਵਾਦੀ ਤੇ ਉਦੋਂ ਵੀ ਪਾਕਿਸਤਾਨ ਦਾ ਹੱਥ ਦੱਸਿਆ ਜਾ ਰਿਹਾ ਸੀ ਸਾਹਮਣੇ ਆਇਆ ਤੇ ਇਹੋ ਜਿਹੀਆਂ ਕਈ ਵਾਰਦਾਤਾਂ ਪਹਿਲਾਂ ਹੋਈਆਂ ਰਿਕਾਰਡ ਹੈ ਜੇ ਹਿਸਟਰੀ ਦੇਖੀਏ ਤਾਂ ਹਿਸਟਰੀ ਦੇ ਵਿੱਚ ਹੁੰਦਾ ਹੈ ਕਿ ਪਾਕਿਸਤਾਨ ਤੋਂ ਨਸ਼ਾ ਭੇਜਿਆ ਜਾਂਦਾ ਹੈ ਜਾਂ ਹਥਿਆਰ ਭੇਜੇ ਜਾਂਦੇ ਆ ਜਾਂ ਕਈ ਇਹੋ ਜਿਹੇ ਲੋਕ ਭੇਜੇ ਜਾਂਦੇ ਆ ਜਿਹੜੇ ਇੱਥੇ ਆ ਕੇ ਇੰਡਸਟਰੀ ਕ੍ਰੀਏਟ ਕਰ ਤੇ ਪੰਜਾਬ ਦੇ ਵਿੱਚ ਪਹਿਲਾਂ ਬਹੁਤ ਵੱਡੀਆਂ ਵਾਰਦਾਤਾਂ ਹੋਈਆਂ ਇਸ ਤਰ੍ਹਾਂ ਦੀਆਂ ਜਿਦੇ ਵਿੱਚ ਪਾਕਿਸਤਾਨ ਦੀ ਆਰਮੀ ਜਾਂ ਪਾਕਿਸਤਾਨ ਦੀ ਸਰਕਾਰ ਜਾਂ ਪਾਕਿਸਤਾਨ ਦੇ ਥਰੂ ਕਿਸੇ ਵੀ ਗਰੋ ਨੇ ਆਪਦੇ ਲੋਕਾਂ ਨੂੰ ਇਧਰ ਭੇਜਿਆ ਜਾਂ ਹਥਿਆਰ ਇਧਰ ਭੇਜੇ ਹੁਣ ਉਹਦੇ ਵਿੱਚ ਉਹਨਾਂ ਦਾ ਕੀ ਫਾਇਦਾ ਹੋ ਸਕਦਾ ਉਹਨਾਂ ਦਾ ਫਾਇਦਾ ਇਹ ਹੋ ਸਕਦਾ ਕਿ ਭਾਰਤ ਦੇ ਵਿੱਚ ਭਾਰਤ ਕਿਉਂਕਿ ਇੱਕ ਵੱਡੀ ਇੰਟਰਨੈਸ਼ਨਲ ਤਾਕਤ ਬਣਦਾ ਜਾ ਰਿਹਾ ਹੈ ਭਾਰਤ ਤੇ ਪਾਕਿਸਤਾਨ ਵੀ ਇੰਟਰਨੈਸ਼ਨਲੀ ਭਾਰਤ ਦੇ ਬਰਾਬਰ ਖੜਾ ਹੋਣਾ ਚਾਹੁੰਦਾ ਤੇ ਭਾਰਤ ਨੂੰ ਕਮਜ਼ੋਰ ਕਰਨ ਲਈ ਇੱਕ ਵੱਡੀ ਚੀਜ਼ ਹੈ ਪੰਜਾਬ ਪੰਜਾਬ ਕਿਉਂਕਿ ਭਾਰਤ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਰਿਹਾ ਹੈ ਹਮੇਸ਼ਾ ਤੇ ਮੰਨਿਆ ਜਾਂਦਾ ਰਹੂਗਾ ਔਰ ਕਸ਼ਮੀਰ ਦੇ ਵਿੱਚ ਜੋ ਕੁਝ ਹੁੰਦਾ ਆ ਉਹ ਸੀ ਦੇਖਿਆ ਹੀ ਹੈ ਤੇ ਜਦੋਂ ਜੇ ਉਹੀ ਚੀਜ਼ ਪੰਜਾਬ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਜੂਗੀ ਤਾਂ ਭਾਰਤ ਸਰਕਾਰ ਨੂੰ ਤੇ ਭਾਰਤ ਦੇ ਪੂਰੇ ਸਿਸਟਮ ਨੂੰ ਬਹੁਤ ਵੀਕ ਕੀਤਾ ਜਾ ਸਕਦਾ ਹੈ ਇਹਦੇ ਨਾਲ ਤੇ ਉਹ ਭਾਰਤ ਨੂੰ ਵੀਕ ਕਰਨ ਦੇ ਲਈ ਇਹੋ ਜੀਆਂ ਕੋਸ਼ਿਸ਼ਾਂ ਇਹੋ ਜੀਆਂ ਸਾਜ਼ਿਸ਼ਾਂ ਕੀਤੀਆਂ ਜਾ ਸਕਦੀਆਂ ਜ਼ਰੂਰੀ ਨਹੀਂ ਹੈ ਕਿ ਸਿਰਫ ਪਾਕਿਸਤਾਨ ਦਾ ਹੀ ਹੱਥ ਹੈ ਇਹਦੇ ਵਿੱਚ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਬਾਰਡਰ ਸਾਡਾ ਚਾਈਨਾ ਦੇ ਨਾਲ ਵੀ ਲੱਗਦਾ ਹੈ ਤੇ ਜੰਮੂ ਕਸ਼ਮੀਰ ਦੀ ਗੱਲ ਆਉਂਦੀ ਹੈ ਤਾਂ ਜਿੰਨਾ ਕ ਪਾਕਿਸਤਾਨ ਦਾਵਾ ਕਰਦਾ ਕਸ਼ਮੀਰ ਤੇ ਕਸ਼ਮੀਰ ਓਕੂਪਾਈਡ ਕੀਤਾ ਹੋਇਆ ਉਹਨਾਂ ਨੇ ਉਹਨਾਂ ਹੀ ਜਿਹੜਾ ਚਾਈਨਾ ਨੇ ਵੀ ਉਹਨਾਂ ਕ ਹੱਥ ਫੈਲਾਇਆ ਹੋਇਆ ਗਿਲਵਾਨ ਵੈਲੀ ਦੇ ਵਿੱਚ ਜੋ ਕੁਝ ਹੋਇਆ ਸੀ ਉਹ ਅਸੀਂ ਸਭ ਨੇ ਦੇਖਿਆ ਤੇ ਇਹ ਕੁਝ ਵੀ ਹੋ ਸਕਦਾ ਕਿਸੇ ਦੀ ਵੀ ਸਾਜ਼ਿਸ਼ ਹੋ ਸਕਦੀ ਹੈ ਸਰ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਰਿੰਦਾ ਦੇ ਖੌਫ ਨੂੰ ਬਰਕਰਾਰ ਰੱਖਣ ਲਈ ਇਹ ਹਮਲਾ ਕਰਾਇਆ ਗਿਆ ਪਾਕਿਸਤਾਨ এজੰਸੀ ਵੱਲੋਂ ਜਿਹੜੇ ਸਲੀਪਰ ਸੈਲਸ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਵਰਤੋਂ ਕਰਕੇ ਇਹ ਹਮਲਾ ਕਰਵਾਇਆ ਗਿਆ। ਇਸ ਚੀਜ਼ ਤੋਂ ਮੁਕਰਿਆ ਨਹੀਂ ਜਾ ਸਕਦਾ ਕਿ ਰਿੰਦਾ ਵਰਗੇ ਜਿਹੜੇ ਵੀ ਮੁਲਜ਼ਮ ਨੇ ਉਹਨਾਂ ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਹ ਬੀਤੇ ਦਿਨੀ ਅਸੀਂ ਦੇਖਿਆ ਕਿ ਰਿੰਦਾ ਦੀ ਮੌਤ ਦੀ ਖਬਰ ਵੀ ਆਈ ਸਾਹਮਣੇ ਫਿਰ ਉਸੇ ਖਬਰ ਨੂੰ ਕੰਡੈਮ ਕੀਤਾ ਗਿਆ ਰਿੰਦਾ ਵੱਲੋਂ ਆਪ ਹਾਲਾਂਕਿ ਕੋਈ ਵੀਡੀਓ ਨਹੀਂ ਪੇਸ਼ ਹੋਈ ਕੋਈ ਫੋਟੋ ਨਹੀਂ ਪੇਸ਼ ਹੋਈ ਹੋਇਆ ਇਹ ਕਿ ਸਿਰਫ ਫੇਸਬੁੱਕ ਪੋਸਟ ਹੋਈ। ਉਹ ਅਕਾਊਂਟ ਕੌਣ ਚਲਾ ਰਿਹਾ ਕੌਣ ਨਹੀਂ ਚਲਾ ਰਿਹਾ ਇਹਦੀ ਕੋਈ ਪੁਸ਼ਟੀ ਨਹੀਂ ਹੈ ਹਜੇ ਤੱਕ ਤੇ ਉਹ ਰਿੰਦਾ ਵਰਗੇ ਲੋਗ ਆ ਜਿਹੜੇ ਉਹ ਆਪਣਾ ਖੌਫ ਬਣਾ ਕੇ ਰੱਖਣਾ ਚਾਹੁੰਦੇ ਆ ਲੋਕਾਂ ਨੂੰ ਮਗਰ ਲਾਉਣਾ ਚਾਹੁੰਦੇ ਆ ਸਾਫ਼-ਸਾਫ਼ ਚੀਜ਼ ਤਾਂ ਇਹ ਸਾਹਮਣੇ ਆਉਂਦੀ ਹੈ ਕਿ ਉਹ ਗੈਂਗਸ ਦੇ ਨਾਲ ਜੁੜਿਆ ਹੋਇਆ ਰਿੰਦਾ ਵੀ ਹੂੰ ਜਦੋਂ ਬਿਸ਼ਨੋਈ ਗੈਂਗ ਜਿਹੜੀ ਵੀ ਹੈ 골ਡੀ ਬਰਾਡ ਤੇ ਹੋਰ ਜਿੰਨੇ ਵੀ ਉਹਨਾਂ ਦੇ ਲੋਕ ਜੁੜੇ ਹੋਏ ਆ ਉਹ ਲੋਕ ਪੁਸ਼ਟੀ ਕਰਦੇ ਆ ਕਿ ਜੀ ਰਿੰਦਾ ਜਿਉਂਦਾ ਹੈ ਰਿੰਦਾ ਚੜ੍ਹਦੀ ਕਲਾ ਦੇ ਵਿੱਚ ਆ ਉਹਨਾਂ ਦੇ ਵਰਡਸ ਦੇ ਵਿੱਚ ਤੇ ਉਹ ਕਿਤੇ ਨਾ ਕਿਤੇ ਇਹੋ ਜਿਹੇ ਵਪਾਰਾਂ ਦੇ ਵਿੱਚ ਹੈਗੇ ਆ ਉਹ ਨਸ਼ਾ ਵੀ ਭੇਜਦੇ ਆ ਉਹ ਹਥਿਆਰ ਵੀ ਸਪਲਾਈ ਕਰਦੇ ਆ ਕਿਉਂਕਿ ਗੈਂਗਸ ਨੂੰ ਰਨ ਕਰਨਾ ਕੋਈ ਆਮ ਗੱਲ ਨਹੀਂ ਹੈ ਕਿਸੇ ਵੀ ਗੈਂਗ ਨੂੰ ਚਲਾਉਣਾ ਗੈਂਗ ਨੂੰ ਚਲਾਉਣ ਦੇ ਲਈ ਤੁਹਾਨੂੰ ਲੋਕਾਂ ਨੂੰ ਤੁਸੀਂ ਇਹ ਲਾਲਚਤਾ ਦੇ ਦੋਗੇ ਕਿ ਤੁਹਾਡਾ ਨਾਮ ਵੱਡਾ ਹੋ ਜਾਊਗਾ ਨਾਮ ਵੱਡਾ ਕਰਕੇ ਕਿਸੇ ਨੇ ਕੀ ਕਰਨਾ ਹੈ ਉਹਨਾਂ ਨੂੰ ਪੈਸਾ ਚਾਹੀਦਾ ਹੁੰਦਾ ਤੇ ਪੈਸਾ ਜੇ ਫਿਰੋਤੀਆਂ ਦੇ ਵਿੱਚੋਂ ਦਾ ਪੈਸਾ ਮੰਗ ਹੀ ਰਹੇ ਆ ਤੇ ਨਾਲ-ਨਾਲ ਉਹ ਇਹੋ ਜਿਹੇ ਡਰੱਗ ਦੇ ਬਿਜ਼ਨਸ ਦੇ ਵਿੱਚ ਵੀ ਹੋਣਗੇ ਇਹ ਸ਼ੱਕ ਜ਼ਰੂਰੀ ਹੈ ਕਿਉਂਕਿ ਜਿੰਨੇ ਵੀ ਗੈਂਗਸ ਆਹੋ ਜਿਹੇ ਰਹੇ ਆ ਉਹਨਾਂ ਨੇ ਕਿਤੇ ਨਾ ਕਿਤੇ ਇਲੀਗਲ ਐਕਟੀਵਿਟੀਆਂ ਹੀ ਕਰਨੀਆਂ ਹੁੰਦੀਆਂ ਉਹ ਡਰਗ ਮਨੀ ਨੂੰ ਯੂਜ਼ ਕਰਦੇ ਆ ਉਹ ਹਥਿਆਰਾਂ ਦੀ ਸਪਲਾਈ ਨੂੰ ਵਧਾਉਂਦੇ ਆ ਤਾਂ ਕਿ ਉਹਨਾਂ ਨੂੰ ਉਹਦੇ ਵਿੱਚੋਂ ਪੈਸਾ ਬਣਾਇਆ ਜਾ ਸਕੇ ਤੇ ਉਸੇ ਪੈਸੇ ਨੂੰ ਉਹ ਯੂਜ਼ ਕਰਦੇ ਆ ਆਪਣੀ ਗੈਂਗ ਨੂੰ ਹੋਰ ਵਧਾਉਣ ਦੇ ਲਈ ਜਿਹੜੇ ਲੋਕ ਕੈਨੇਡਾ ਯੂਐਸਏ ਆ ਕਿਸੇ ਵੀ ਯੂਰਪ ਦੇ ਦੇਸ਼ ਦੇ ਵਿੱਚ ਹੋਣ ਦਾ ਦਾਵਾ ਕਰਦੇ ਆ ਉਹ ਟਰੈਵਲ ਵੀ ਕਰ ਰਹੇ ਆ ਉਹ ਆਪਣੇ ਆਪ ਨੂੰ ਅ ਬਚਾ ਕੇ ਵੀ ਰੱਖ ਰਿਹਾ ਹੈ ਸੇਫਟੀ ਸਿਕਿਉਰਟੀ ਦਾ ਵੀ ਧਿਆਨ ਰੱਖ ਰਿਹਾ ਤੇ ਉਹਨਾਂ ਦਾ ਖਰਚਾ ਕਿੱਥੋਂ ਆਉਂਦਾ ਉਹ ਖਰਚਾ ਕਿਤੋਂ ਤਾਂ ਜਾਂਦਾ ਹੀ ਹੈ ਜੇ ਭਾਰਤ ਦੇ ਵਿੱਚੋਂ ਜੇ ਅਸੀਂ ਮੰਨਦੇ ਆ ਕਿ ਫਰੋਤੀ ਲਈ ਜਾਂਦੀ ਹੈ ਫਰੋਤੀ ਲੈ ਕੇ ਜੇ ਕੋਈ ਇੱਥੋਂ ਟ੍ਰਾਂਸਫਰ ਕਰ ਰਿਹਾ ਪੈਸਾ ਤਾਂ ਕੋਈ ਤਾਂ ਕਰ ਰਿਹਾ ਹੋਊਗਾ ਉਹ ਚਾਹੇ ਇੰਟਰਨੈਟ ਦੇ ਥਰੂ ਕਰ ਰਿਹਾ ਹੋਵੇ ਚਾਹੇ ਬਿਟਕੋਇਨ ਹੋਵੇ ਚਾਹੇ ਕਿਸੇ ਵੀ ਟ੍ਰਾਂਜ਼ੈਕਸ਼ਨ ਦੇ ਥਰੂ ਕਰਦਾ ਹੋਵੇ ਕਿ ਅਸੀਂ ਇਹ ਟ੍ਰਾਂਜ਼ੈਕਸ਼ਨ ਕਰ ਰਹੇ ਹਾਂ ਉਹ ट्रांजैक्शन ਨੂੰ ਟਰੈਕ ਕੀਤਾ ਜਾ ਸਕਦਾ ਤੇ ਇੰਨੀ ਵੱਡੇ ਅਮਾਉਂਟ ਨੂੰ ਟ੍ਰਾਂਜ਼ਿਟ ਨਹੀਂ ਕੀਤਾ ਜਾ ਸਕਦਾ ਉੱਥੇ ਭੇਜਣਾ ਤੇ ਉਹ ਆਵਾਕੀ ਸਰਕਾਰ ਦੇ ਨਜ਼ਰ ਦੇ ਵਿੱਚ ਆਜੂ ਏਜੰਸੀਜ਼ ਦੀ ਨਜ਼ਰ ਦੇ ਵਿੱਚ ਆਜੂ ਤੇ ਕਿਤੇ ਨਾ ਕਿਤੇ ਉਹ ਇਹੋ ਜਿਹੇ ਕਾਰੋਬਾਰ ਕਰ ਰਹੇ ਐ ਤੇ ਜਿਨ੍ਹਾਂ ਨੂੰ ਹੋਰ ਵਧਾਵਾ ਦੇਣ ਲਈ ਉਹ ਡਰ ਬਣਾਉਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਤਾਂ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਡਰ ਜਾਣ ਤੇ ਉਹਨਾਂ ਦੇ ਅੱਗੇ ਖੜਾ ਹੋਣ ਦੀ ਕੋਈ ਕੋਸ਼ਿਸ਼ ਨਾ ਕਰੇ ਸਰ ਪੰਜਾਬ ਸਰਕਾਰ ਲਈ ਹੁਣ ਸਭ ਤੋਂ ਵੱਡੀ ਚੁਣੌਤੀਆਂ ਕਿਹੜੀ ਨੇ ਤੇ ਕਿਹੜੇ-ਕਿਹੜੇ ਇਹ ਜੇ ਅਪਰਾਲੇ ਨੇ ਕਿਹੜੇ ਇਹ ਜੇ ਕਮਜ਼ ਨੇ ਸਟੈਪਸ ਨੇ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਦੇਖੋ ਪੰਜਾਬ ਸਰਕਾਰ ਦੇ ਮੂਰੇ ਜਿਹੜਾ ਸਭ ਤੋਂ ਵੱਡਾ ਚੈਲੰਜ ਤਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣਾ ਪੰਜਾਬ ਦੇ ਲੋਕਾਂ ਦਾ ਭਰੋਸਾ ਕਿਵੇਂ ਜਿੱਤਿਆ ਜਾਊਗਾ ਜਦੋਂ ਇਹੋ ਜੇ ਇਨਸੀਡੈਂਟ ਹੈ 1 ਮਹੀਨਾ ਇਹੋ ਜੀ ਕੋਈ ਖਬਰ ਨਾ ਆਵੇ ਕਿ ਪੰਜਾਬ ਦੇ ਵਿੱਚ ਅੱਜ ਫਲਾਣੀ ਥਾਂ ਗੋਲੀਆਂ ਮਾਰ ਕੇ ਕਿਸੇ ਦੀ ਹੱਤਿਆ ਕਰਤੀ ਅੱਜ ਜੀ ਕਿਸੇ ਜਗ੍ਹਾ ਬਲਾਸਟ ਹੋ ਗਿਆ ਅੱਜ ਕਿਸੇ ਤੇ ਅਟੈਕ ਹੋ ਗਿਆ ਅੱਜ ਕਿਸੇ ਦੇ ਘਰ ਤੇ ਗੋਲੀਆਂ ਚੱਲ ਗਈਆਂ ਇਹ ਖਬਰਾਂ ਡੇਲੀ ਦੀਆਂ ਆਮ ਹੋ ਗਈਆਂ ਲੁੱਟਾਂ ਖੋਹਾਂ ਆਮ ਹੋ ਗਈਆਂ ਕਿ ਜੀ ਅੱਜ ਕਿਸੇ ਦੀ ਚੇਨ ਸਨੇਚਿੰਗ ਦੀ ਵੀਡੀਓ ਆ ਗਈ ਕਿਸੇ ਦੇ ਮੋਬਾਈਲ ਖੋਣ ਦੀ ਵੀਡੀਓ ਆ ਗਈ ਤੇ ਇਸੇ ਤਰੀਕੇ ਨਾਲ ਹੋਰ ਵੀ ਕਈ ਵਾਰਦਾਤਾਂ ਜਿਵੇਂ ਬੇਅਦਬੀ ਦੇ ਮਾਮਲੇ ਸਾਹਮਣੇ ਆ ਜਾਂਦੇ ਆ ਉਹ ਆਮ ਨਹੀਂ ਸੀ ਮਾਮਲੇ ਵਾਲੇ ਉਹ ਆਮ ਹੋ ਰਹੇ ਆ ਆਮ ਕੀਤੇ ਜਾ ਰਹੇ ਆ ਕੀਦੇ ਵੱਲੋਂ ਕੀਤੇ ਜਾ ਰਹੇ ਆ ਸਰਕਾਰ ਨੂੰ ਇਹਦੇ ਤੇ ਨਿਗਰਾਨੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਹੈ ਜਿਹੜੀ ਉਹ ਪਹਿਲੀ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਈ ਆ ਆਮ ਆਦਮੀ ਪਾਰਟੀ ਨੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਬੇਸ਼ੱਕ ਨਵੀਂ ਹੈ ਤੇ ਇਹ ਹੋ ਸਕਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਈ ਲੋਕ ਕਈ ਪੋਲੀਟੀਕਲ ਪਾਰਟੀਆਂ ਕਈ ਸਿਆਸੀ ਲੋਕ ਇਹਦੇ ਪਿੱਛੇ ਹੋ ਸਕਦੇ ਆ ਜਿਹੜੇ ਇਹਨਾਂ ਨੂੰ ਪਾਵਰ ਦੇ ਰਹੇ ਆ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ ਸਰਕਾਰ ਨੂੰ ناکਾਮ ਘੋਸ਼ਿਤ ਕੀਤਾ ਜਾ ਸਕੇ ਤੇ ਇਸ ਵੇਲੇ ਸਰਕਾਰ ਨੂੰ ਆਪਣੇ ਕੰਮ ਨੂੰ ਪੁਲਿਸ ਨੂੰ ਆਪਣੇ ਪ੍ਰਸ਼ਾਸਨ ਨੂੰ ਸਾਰੇ ਅਧਿਕਾਰੀਆਂ ਨੂੰ ਸਤਰਕ ਕਰਕੇ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਦੇ ਸਮੇਂ ਜਦੋਂ ਬਾਕੀ ਸਾਰੇ ਲੋਕ ਤੁਹਾਨੂੰ ਥੱਲੇ ਥੱਲੇ ਸਿੱਟਣਾ ਚਾਹੁੰਦੇ ਆ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਜੀ ਇਹਨਾਂ ਦੇ ਕੰਟਰੋਲ ਚ ਕੁਝ ਵੀ ਨਹੀਂ ਆ ਤਾਂ ਉਹ ਗੱਲ ਇਹ ਨਹੀਂ ਹੈ ਕਿ ਸਿਰਫ ਸਰਕਾਰ ਦੀ ਗੱਲ ਹੈ ਉਹਦੇ ਨਾਲ ਪੁਲਿਸ ਦੀ ਵੀ ਗੱਲ ਹੈ ਪ੍ਰਸ਼ਾਸਨ ਦੀ ਵੀ ਗੱਲ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਗੱਲ ਹੈ ਜਦੋਂ ਇਹਨਾਂ ਕੁਝ ਹੋ ਰਿਹਾ ਤਾਂ ਉਸ ਵੇਲੇ ਪੰਜਾਬ ਸਰਕਾਰ ਨੂੰ ਬੋਲਡ ਸਟੈਪ ਲੈਣੇ ਪੈਣਗੇ ਪੰਜਾਬ ਸਰਕਾਰ ਨੂੰ ਕੇਂਦਰ ਨਾਲ ਵੀ رابطہ ਰੱਖਣਾ ਪਊਗਾ ਸਿੱਧਾ-ਸਿੱਧਾ ਕਿਉਂਕਿ ਕੇਂਦਰ ਸਰਕਾਰ ਜੇ ਅਸੀਂ ਦੇਖੀਏ ਕੇਂਦਰ ਸਰਕਾਰ ਦੇ ਥੱਲੇ ਏਜੰਸੀਆਂ ਕੰਮ ਕਰ ਰਹੀਆਂ ਇੰਟੈਲੀਜੈਂਸ ਕੰਮ ਕਰ ਰਹੀ ਹੈ ਤੇ ਕੇਂਦਰ ਸਰਕਾਰ ਨੂੰ ਨਾ ਪਤਾ ਹੋਵੇ ਕਿ ਜੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਜਾਂ ਕੀ ਹੋਣ ਵਾਲਾ ਇਹ ਤਾਂ ਪੋਸੀਬਲ ਹੀ ਨਹੀਂ ਹੈ ਪੰਜਾਬ ਦੇ ਵਿੱਚ ਕਿਹੜੇ ਵੇਲੇ ਕੀ ਹੋਣ ਵਾਲਾ ਹੈ ਇਹਦੇ ਤੇ ਨਿਗਾਹ ਤਾਂ ਕੇਂਦਰੀ ਏਜੰਸੀਆਂ ਵੀ ਰੱਖਦੀਆਂ ਹੀ ਆਂ ਜੇ ਬਾਕੀ ਸਟੇਟਸ ਦੇ ਵਿੱਚ ਰੱਖ ਸਕਦੀਆਂ ਪੰਜਾਬ ਦੇ ਵਿੱਚ ਕਿਉਂ ਨਹੀਂ ਰੱਖ ਸਕਦੀਆਂ ਤੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਵਾਰਦਾਤਾਂ ਕਿਉਂ ਹੋ ਰਹੀਆਂ ਜੇ ਬਾਰਡਰ ਸਟੇਟ ਵੀ ਗੱਲ ਕਰੀਏ ਕਸ਼ਮੀਰ ਹੈ ਕਸ਼ਮੀਰ ਨੂੰ ਕੰਟਰੋਲ ਕੀਤਾ ਜੇ ਬੰਗਾਲ ਦੀ ਗੱਲ ਕਰਦੇ ਆ ਤਾਂ ਬੰਗਾਲ ਦੇ ਵਿੱਚ ਇਹੋ ਜਿਹੀਆਂ ਖਬਰਾਂ ਕਿਉਂ ਨਹੀਂ ਆ ਰਹੀਆਂ ਸਾਡੇ ਸਾਹਮਣੇ ਯੂਪੀ ਦੇ ਵਿੱਚ ਆ ਰਹੀਆਂ ਸੀ ਯੂਪੀ ਕਿਵੇਂ ਕੰਟਰੋਲ ਹੋ ਗਿਆ ਹੂੰ ਉਹ ਸਾਰੀ ਜਿਹੜੀ ਚੀਜ਼ ਹੈ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਤਾਲਮੇਲ ਨਾਲ ਹੀ ਹੋਊਗੀ ਬਿਲਕੁਲ ਜੇ ਤਾਲਮੇਲ ਨਹੀਂ ਬਣਦਾ ਜੇ ਕਿਸੇ ਵੀ ਇੱਕ ਸਰਕਾਰ ਦਾ ਇਰਾਦਾ ਨਹੀਂ ਹੈ ਕਿ ਜੀ ਅਸੀਂ ਪੰਜਾਬ ਨੂੰ ਸਿੱਧੇ ਰਾਹ ਤੇ ਪਾ ਲਈਏ ਪੰਜਾਬ ਦਾ ਮਾਹੌਲ ਠੀਕ ਕਰ ਲਈਏ ਫਿਰ ਇਹ ਪੋਸੀਬਲ ਹੀ ਨਹੀਂ ਹੈ ਕਿਉਂਕਿ ਕੇਂਦਰ ਸਰਕਾਰ ਦੀ ਵੀ ਓਨੀ ਜ਼ਿੰਮੇਵਾਰੀਆਂ ਜਿੰਨੀ ਪੰਜਾਬ ਸਰਕਾਰ ਦੀ ਹੈ ਤੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਸਿਰਫ ਰਿਕੁਐਸਟ ਹੀ ਨਹੀਂ ਕੇਂਦਰ ਸਰਕਾਰ ਨੂੰ ਦੱਸਣਾ ਵੀ ਪਊਗਾ ਕਿ ਜੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਇੱਥੇ ਸਾਡੇ ਹੱਥ ਖੜੇ ਆ ਪੰਜਾਬ ਪੁਲਿਸ ਜਾਂ ਪੰਜਾਬ ਦੀਆਂ ਏਜੰਸੀਜ਼ ਇਹ ਕੰਮ ਕਰ ਸਕਦੀਆਂ ਸੀ ਅਸੀਂ ਇਹ ਕੰਮ ਕਰ ਰਹੇ ਆ ਜੇ ਤੁਹਾਡੀਆਂ ਏਜੰਸੀਜ਼ ਵੀ ਤੁਹਾਡੀਆਂ ਫੋਰਸੇਜ਼ ਵੀ ਸਾਡੇ ਨਾਲ ਮਿਲ ਕੇ ਕੰਮ ਕਰਨਗੀਆਂ ਤਾਂ ਅਸੀਂ ਬਹੁਤ ਛੇਤੀ ਆਪਣੇ ਟਾਰਗੇਟ ਨੂੰ ਅਚੀਵ ਕਰ ਸਕਾਂਗੇ ਅੱਛਾ ਸਰ ਅਸੀਂ ਸਮੇਂ-ਸਮੇਂ ਤੇ ਇਹ ਦੇਖਿਆ ਕਿ ਕਿਸੇ ਵੀ ਮੁਸ਼ਕਲ ਘੜੀ ਚੇ ਜਾਂ ਨੈਚੁਰਲ ਕਲੈਮਿਟੀ ਜਾਂ ਡਿਜ਼ਾਸਟਰ ਕੋਈ ਵੀ ਨੈਚੁਰਲ ਡਿਜ਼ਾਸਟਰ ਦੇ ਸਮੇਂ ਦੇ ਵਿੱਚ ਹਰ ਸਟੇਟ ਲਈ ਸਭ ਤੋਂ ਸੇਫਸਟ ਆਪਸ਼ਨ ਪੰਜਾਬ ਮੰਨਿਆ ਗਿਆ ਹੈ ਸੋ ਅਸੀਂ ਸ਼ੁਰੂਆਤ ਜਿੱਥੋਂ ਕੀਤੀ ਸੀ ਵੱਡਾ ਸਵਾਲ ਇਹ ਹੈ ਕਿ ਕਿਹੜੇ ਨੇ ਸੁਰੱਖਿਅਤ ਇਲਾਕੇ ਸੁਰੱਖਿਅਤ ਇਲਾਕੇ ਕਿਹੜੇ ਹੋਣਗੇ ਸੁਰੱਖਿਅਤ ਇਲਾਕੇ ਉਹੀ ਹੈ ਜਿਹੜੇ ਲੋਕਾਂ ਨੇ ਆਪ ਸੁਰੱਖਿਅਤ ਕੀਤੇ ਹੋਇਆ ਸੁਰੱਖਿਅਤ ਇਲਾਕੇ ਅੱਜ ਦੀ ਤਾਰੀਖ ਦੇ ਵਿੱਚ ਜੇ ਅਸੀਂ ਦੇਖੀਏ ਸੁਰੱਖਿਅਤ ਇਲਾਕਾ ਕੁਝ ਵੀ ਨਹੀਂ ਹੈ ਜਦੋਂ ਥਾਣਿਆਂ ਦੇ ਵਿੱਚ ਕਚੈਰੀਆਂ ਦੇ ਵਿੱਚ ਕਿਸੇ ਵੀ ਇੰਟੈਲੀਜੈਂਸ ਦੇ ਦਫ਼ਤਰ ਤੇ ਅਟੈਕ ਹੋ ਜਾਂਦੇ ਆ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਆ ਉਹ ਤਾਂ ਜੇ ਅਸੀਂ ਲੁਧਿਆਣਾ ਕੋਰਟ ਦੀ ਗੱਲ ਕਰੀਏ ਲੁਧਿਆਣਾ ਕੋਰਟ ਦੇ ਵਿੱਚ ਇਹ ਸਰਕਾਰ ਬਣਨ ਤੋਂ ਪਹਿਲਾਂ ਦੀ ਗੱਲ ਹੈ ਇਹ ਮਾਹੌਲ ਉਦੋਂ ਤੋਂ ਸਿਰਜਣਾ ਸ਼ੁਰੂ ਕਰ ਦਿੱਤਾ ਸੀ ਹੁਣ ਸਵਾਲ ਵੱਡਾ ਇਹ ਸਾਹਮਣੇ ਹੁੰਦਾ ਸਰਕਾਰ ਦੇ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਜੀ ਇਹ ਇਹ ਮਾਮਲੇ ਹੋਏ ਆ ਤਾਂ ਉਹਨਾਂ ਮਾਮਲਿਆਂ ਦੇ ਵਿੱਚ ਵੱਡੀ ਕਾਰਵਾਈ ਕਿਉਂ ਨਹੀਂ ਹੋਈ ਰਿੰਦਾ ਦਾ ਨਾਮ ਆਉਂਦਾ ਹੈ ਜਦੋਂ ਲੁਧਿਆਣਾ ਬਲਾਸਟਿਕਾ ਹੋਇਆ ਉਦੋਂ ਚੰਨੀ ਸਰਕਾਰ ਸੀ ਇਲੈਕਸ਼ਨ ਹੋਣ ਵਾਲੇ ਸੀ ਪੰਜਾਬ ਦੇ ਵਿੱਚ ਉਸ ਵੇਲੇ ਹੋਇਆ ਸੀਗਾ ਕੋਰਟ ਕੰਪਲੈਕਸ ਦੇ ਵਿੱਚ ਬਲਾਸਟ ਹੋਇਆ ਸੀ ਤੇ ਉਸ ਉਸ ਬਲਾਸਟ ਦੇ ਵਿੱਚ ਰਿੰਦਾ ਦਾ ਨਾਮ ਵੀ ਆਇਆ ਸਾਹਮਣੇ ਪਰ ਕਾਰਵਾਈ ਕੀ ਹੋਈ ਜੇ ਕੋਈ ਵੀ ਪੰਜਾਬ ਵੱਲ ਅੱਖ ਚੱਕ ਕੇ ਵੇਖ ਰਿਹਾ ਹੈ ਕੋਈ ਵੀ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ ਤੇ ਤੁਸੀਂ ਸਿਰਫ ਇਹ ਪਤਾ ਕਰਦੇ ਹੋ ਕਿ ਇਹ ਬੰਦਾ ਉਹ ਹੈ ਹੂੰ ਕਿ ਜੀ ਉਹ ਫਲਾਣਾ ਫਲਾਣਾ ਬੰਦਾ ਮੇਰੇ ਘਰ ਬਾਰੇ ਇਸ ਤਰ੍ਹਾਂ ਸੋਚ ਰਿਹਾ ਮੇਰੇ ਪੰਜਾਬ ਬਾਰੇ ਇਸ ਤਰ੍ਹਾਂ ਸੋਚ ਰਿਹਾ ਤੇ ਮੈਨੂੰ ਪਤਾ ਲੱਗ ਗਿਆ ਤੇ ਉਹ ਅਚੀਵਮੈਂਟ ਨਹੀਂ ਹੈ ਜਿਹੜਾ ਬੰਦਾ ਪੰਜਾਬ ਦੇ ਲਈ ਜੋ ਇਨਸਾਨ ਜੋ ਸਟੇਟ ਜੋ ਰਾਜ ਜੋ ਦੇਸ਼ ਪੰਜਾਬ ਨੂੰ ਬਰਬਾਦ ਕਰਨ ਬਾਰੇ ਸੋਚਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਣਾ ਜ਼ਰੂਰੀ ਹੈ ਜੀ ਤੇ ਉਹ ਐਕਸ਼ਨ ਇਹ ਗੱਲ ਇਹ ਨਹੀਂ ਹੈ ਕਿ ਸਿਰਫ ਆਮ ਆਦਮੀ ਪਾਰਟੀ ਲਈ ਚੈਲੰਜ ਹੈ ਚੈਲੰਜ ਪੂਰੇ ਦੇਸ਼ ਲਈ ਹੈ ਪੂਰੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਲਈ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਹੈ ਕਿਉਂਕਿ ਪੰਜਾਬ ਦਾ ਮਾਹੌਲ ਉਹ ਇਹ ਸਰਕਾਰ ਬਣਨ ਤੋਂ ਪਹਿਲਾਂ ਹੀ ਸ਼ੁਰੂਆਤ ਹੋ ਗਈ ਸੀ ਕਿ ਇਸ ਮਾਹੌਲ ਨੂੰ ਖਰਾਬ ਕੀਤਾ ਜਾਵੇ ਇੱਥੇ ਲੋਕਾਂ ਨੂੰ ਡਰਾਇਆ ਜਾਵੇ ਇੱਥੇ ਅੰਡਰਸਕ੍ਰੀਬ ਕਰੀਏਟ ਕੀਤਾ ਜਾਵੇ ਤਾਂ ਕਿ ਪੰਜਾਬ ਨੂੰ ਫੇਰ ਅਸੀਂ ਦੁਬਾਰਾ ਤੋਂ ਵਰਤ ਸਕੀਏ ਜੀ ਕਿਉਂਕਿ ਪੰਜਾਬ ਹਮੇਸ਼ਾ ਵਰਤਿਆ ਗਿਆ ਚਾਹੇ ਜਦੋਂ ਅਸੀਂ ਗੱਲ ਕਰਦੇ ਆ ਆਜ਼ਾਦੀ ਤੋਂ ਪਹਿਲਾਂ ਵੀ ਪੰਜਾਬ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਪੰਜਾਬ ਨੇ ਮਿਹਨਤ ਕੀਤੀ ਹੈ ਆਜ਼ਾਦੀ ਤੋਂ ਬਾਅਦ ਵੀ ਜਿੰਨੇ ਰੈਵੋਲੂਸ਼ਨ ਆਏ ਆ ਉਹ ਪੰਜਾਬ ਤੋਂ ਉੱਠੇ ਆ ਤੇ ਉਹ ਪੰਜਾਬੀਆਂ ਨੂੰ ਦੁਬਾਰਾ ਫੇਰ ਵਰਤਣ ਦੀ ਕੋਸ਼ਿਸ਼ ਹੈ ਤੇ ਪੰਜਾਬ ਦੇ ਵਿੱਚ ਅਨਰਸਟ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਪੰਜਾਬ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਕੋਈ ਇਲਾਕਾ ਸੇਫ ਨਹੀਂ ਮੰਨਿਆ ਜਾ ਸਕਦਾ ਜਿਹੜਾ ਆਪਣਾ ਸਵਾਲ ਸੀ ਤੇ ਉਹ ਸੇਫ ਕਰਨਾ ਕਿਹਨੇ ਆ ਉਹ ਪੰਜਾਬ ਸਰਕਾਰ ਨੇ ਕਰਨਾ ਹੈ ਪੰਜਾਬ ਸਰਕਾਰ ਸੇਫ ਕਰੂ ਉਹਨੂੰ ਪੰਜਾਬ ਦੇ ਲੋਕ ਕਰਨਗੇ ਪੰਜਾਬ ਦੇ ਲੋਕਾਂ ਨੂੰ ਵੀ ਉਹਨਾਂ ਹੀ ਸਹਿਯੋਗ ਦੇਣਾ ਪਊਗਾ ਸਰਕਾਰ ਨੂੰ ਪਰ ਸਰਕਾਰ ਨੂੰ ਪਹਿਲ ਕਰਨੀ ਪਊਗੀ ਬੋਲਡ ਸਟੈਪ ਚੱਕਣੇ ਪੈਣਗੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਰ ਸੋ ਚਲਦੇ ਆ ਨੈਕਸਟ ਸੈਗਮੈਂਟ ਵੱਲ ਦੇਖਦੇ ਆ ਹੋਰ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਸਚੀਕਾਲ ਜੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਗੁਰਲੀਨ ਕੌਰ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਤਰਨਤਾਰਨ ਚ ਪੁਲਿਸ ਸਾਂਝ ਕੇਂਦਰ ਤੇ ਲੋਕਿਟ ਲਾਂਚਰ ਨਾਲ ਹਮਲਾ ਇਮਾਰਤ ਦੇ ਸ਼ੀਸ਼ੇ ਟੁੱਟੇ ਹਮਲਾਵਰ ਫਰਾਰ ਪੰਜਾਬ ਵਿੱਚ ਇੱਕ ਵਾਰ ਫਿਰ ਪੁਲਿਸ ਥਾਣੇ ਤੇ ਰਾਕਟ ਲਾਂਚਰ ਨਾਲ ਹਮਲੇ ਦੀ ਘਟਨਾ ਸਾਹਮਣੇ ਆਈ ਹੈ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਥਾਣੇ ਚ ਸਥਿਤ ਸਾਂਝ ਕੇਂਦਰ ਤੇ ਸ਼ੁੱਕਰਵਾਰ ਦੀ ਰਾਤ ਰਾਕਟ ਲਾਂਚਰ ਨਾਲ ਹਮਲਾ ਕੀਤਾ ਗਿਆ ਜਿਸ ਚ ਇਮਾਰਤ ਦੇ ਸ਼ੀਸ਼ੇ ਟੁੱਟ ਗਏ ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਣਕਾਰੀ ਅਨੁਸਾਰ ਥਾਣਾ ਸਰਹਾਲੀ ਉੱਪਰ ਅੱਧੀ ਰਾਤ ਨੂੰ ਰਾਕਟ ਲਾਂਚਰ ਨਾਲ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਰਾਕਟ ਲਾਂਚ ਥਾਣੇ ਦੇ ਦਰਵਾਜ਼ੇ ਵਿੱਚ ਵੱਜਿਆ ਅਤੇ ਸਾਂਝ ਕੇਂਦਰ ਦੀ ਇਮਾਰਤ ਵਿੱਚ ਜਾ ਡਿੱਗਿਆ ਜਿਸ ਕਾਰਨ ਇਮਾਰਤ ਦੇ ਸ਼ੀਸ਼ੇ ਅਤੇ ਬਾਰੀਆਂ ਨੁਕਸਾਨੀਆਂ ਗਈਆਂ ਹਮਲੇ ਸਮੇਂ ਥਾਣੇ ਦੇ ਇੰਚਾਰਜ ਪ੍ਰਕਾਸ਼ ਸਿੰਘ ਤੋਂ ਇਲਾਵਾ ਡਿਊਟੀ ਅਧਿਕਾਰੀ ਅਤੇ 8 ਪੁਲਿਸ ਮੁਲਾਜ਼ਮ ਥਾਣੇ ਵਿੱਚ ਮੌਜੂਦ ਸਨ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਦਸਤੇ ਹੈ ਕਿ ਪਾਕਿਸਤਾਨੀ ਦੀ ਖੂਫੀ ਏਜੰਸੀ ਆਈਐਸਆਈ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਬੀਤੇ ਅਗਸਤ ਮਹੀਨੇ ਵਿੱਚ ਵੀ ਪੰਜਾਬ ਪੁਲਿਸ ਦੇ ਮੁਖ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਉੱਪਰ ਅਤਵਾਦੀ ਹਮਲਾ ਹੋਇਆ ਸੀ ਸੀਐਮ ਮਾਨ ਵੱਲੋਂ ਪਿਊਸ਼ ਗੋਇਲ ਨਾਲ ਮੁਲਾਕਾਤ ਆਰਡੀਐਫ ਤੇ ਐਮਡੀਐਫ ਦਾ 3095 ਕਰੋੜ ਰੁਪਏ ਦਾ ਬਕਾਇਆ ਤੁਰੰਤ ਜਾਰੀ ਕਰਨ ਲਈ ਕਿਹਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੇਂਡੂ ਵਿਕਾਸ ਫੰਡ ਆਰਡੀਐਫ ਅਤੇ ਮੰਡੀ ਵਿਕਾਸ ਫੰਡ ਐਮਡੀਐਫ ਤੇ ਬਕਾਇਆ ਪਏ 3095 ਕਰੋੜ ਰੁਪਏ ਫੌਰੀ ਜਾਰੀ ਕਰਨ ਲਈ ਕੇਂਦਰੀ ਵਣਜ ਤੇ ਸਨਤ ਖਪਤਕਾਰ ਮਾਮਲੇ ਖੁਰਾਕ ਤੇ ਜਨਤਕ ਫੰਡ ਤੇ ਟੈਕਸਟਾਈਲ ਮੰਤਰੀ ਪਿਊਸ਼ ਗੋਇਲ ਤੋਂ ਦਖਲ ਦੀ ਮੰਗ ਕੀਤੀ। ਜਲੰਧਰ ਚ ਪੇਤ ਪਰੇ ਹਾਲਾਤ ਚ 10ਵੀਂ ਦੀ ਵਿਦਿਆਰਤਣ ਹੋਈ ਲਾਪਤਾ। ਕੁੜੀ ਦੀ ਸਕੂਲ ਦੀ ਕਾਪੀ ਤੋਂ ਹੋਇਆ ਹੈਰਾਨੀਜਨਕ ਖੁਲਾਸਾ। ਪੰਜਾਬ ਦੇ ਵਿੱਚ ਲੜਕੀਆਂ ਦੇ ਲਾਪਤਾ ਹੋਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੀ ਕਾਸ਼ੀਨਗਰ ਤੋਂ ਸਾਹਮਣੇ ਆਇਆ ਹੈ। ਦਰਅਸਲ ਕਾਸ਼ੀਨਗਰ ਦੇ ਵਿੱਚ ਰਹਿਣ ਵਾਲੀ 10ਵੀਂ ਜਮਾਤ ਦੀ ਵਿਦਿਆਰਤਣ ਦੇ ਸ਼ੱਕੀ ਹਾਲਾਤ ਦੇ ਵਿੱਚ ਲਾਪਤਾ ਹੋਣ ਦੇ ਨਾਲ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਲਾਪਤਾ ਹੋਈ ਵਿਦਿਆਰਤਣ ਘਰ ਵਿੱਚ ਸਕੂਲ ਦਾ ਬੈਗ ਵੀ ਛੱਡ ਗਈ ਸੀ ਜਿਸ ਦੀ ਕਾਪੀ ਦੇ ਵਿੱਚੋਂ ਇੱਕ ਮੁੰਡੇ ਦਾ ਨੰਬਰ ਮਿਲਿਆ ਪਹਿਲਾਂ ਤਾਂ ਵਿਦਿਆਰਤਣ ਦੇ ਪਰਿਵਾਰਕ ਮੈਂਬਰ ਖੁਦ ਹੀ ਕੁੜੀ ਦੀ ਪਾਲ ਕਰਦੇ ਰਹੇ ਪਰ ਜਦੋਂ ਉਸ ਦਾ ਕੋਈ ਸੁਰਾਗ ਨਾ ਮਿਲਿਆ ਤਾਂ ਕਾਪੀ ਵਿੱਚੋਂ ਮਿਲੇ ਮੋਬਾਈਲ ਨੰਬਰ ਤੇ ਸੰਪਰਕ ਕੀਤਾ ਤਾਂ ਮੁੰਡੇ ਦਾ ਕਹਿਣਾ ਸੀ ਕਿ ਉਹ ਕੁੜੀ ਨਾਲ 8 ਮਹੀਨਿਆਂ ਤੋਂ ਗੱਲ ਕਰ ਰਿਹਾ ਸੀ ਪਰ ਉਹਨਾਂ ਦੀ ਧੀ ਉਸਦੇ ਨਾਲ ਨਹੀਂ ਹੈ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਕੁੜੀ ਦੇ ਮਾਪਿਆਂ ਨੇ ਕੁੜੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਪਤੀ ਦੀ ਮੌਤ ਪਿੱਛੋਂ ਈ ਰਿਕਸ਼ਾ ਚਲਾ ਕੇ ਪਰਿਵਾਰ ਪਾਲ ਰਹੀ ਮਹਿਲਾ ਦੀ ਆਨੰਦ ਮਹਿੰਦਰਾ ਨੇ ਕੀਤੀ ਤਾਰੀਫ਼ ਸਿੱਧ ਉਦਯੋਗੀ ਆਨੰਦ ਮਹਿੰਦਰਾ ਅਕਸਰ ਆਪਣੇ ਲੱਖਾਂ ਟਵਿੱਟਰ ਫਾਲੋਅਰਜ਼ ਨੂੰ ਪ੍ਰੇਰਣਾਦਾਇਕ ਸੰਦੇਸ਼ ਦਿੰਦੇ ਹਨ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਮੇਂ-ਸਮੇਂ ਤੇ ਉਹ ਅਜਿਹੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਜਿਨ੍ਹਾਂ ਤੋਂ ਲੋਕ ਪ੍ਰੇਰਣਾ ਲੈ ਸਕਦੇ ਹਨ ਤਾਜ਼ਾ ਮਾਮਲਾ ਉਹਨਾਂ ਵੱਲੋਂ 7 ਦਸੰਬਰ ਨੂੰ ਟਵਿੱਟਰ ਉਤੇ ਸ਼ੇਅਰ ਕੀਤੀ ਗਈ ਤਸਵੀਰ ਦਾ ਹੈ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦਰਸਲ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਪੰਜਾਬ ਦੀ ਪਰਮਜੀਤ ਕੌਰ ਨਾ ਦੀ ਔਰਤ ਦੀ ਤਸਵੀਰ ਸਾਂਝੀ ਕੀਤੀ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਹ ਰਿਕਸ਼ਾ ਚਲਾ ਰਹੀ ਹੈ ਉਹ ਪੰਜਾਬ ਵਿੱਚ ਮਹਿੰਦਰਾ ਇਲੈਕਟ੍ਰਿਕ ਆਟੋ ਖਰੀਦਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ ਇਹੋ ਜੀ ਖਬਰਾਂ ਸੁਣਨ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦੇਖਦੇ ਰਹੋ ਪੰਜਾਬ ਟੂਡੇ ਸਤਿ ਸ਼ਕਾਲ ਸੋ ਜੇ ਖਬਰਾਂ ਵਿੱਚੋਂ ਖਬਰ ਦੇ ਹੋਰ ਐਪੀਸੋਡਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦੇਖਦੇ ਰਹੋ ਪੰਜਾਬ ਟੂਡੇ ਸਤਿ ਸ਼ਕਾਲ